ਪਿਆਰ ਕਰਦੇ ਹਾਂ ਜੀ ਤੇ ਮੁੰਡੇ ਦੇ ਮੰਨ ਗਏ ਤੇ ਕੁੜੀ ਦੇ ਕਰਦੇ ਨਹੀਂ ਮੰਨ ਰਹੇ ਉਹਦੇ ਵਾਸਤੇ ਕੁੜੀ ਦੇ ਕਰਦੇ ਨਹੀਂ ਮੰਨਦੇ ਕੁੜੀ ਦੇ ਕਰਦੇ ਮਤਲਬ ਕਿਹਾ ਸੀ ਬਸ ਇੱਕ ਨਾ ਕਿਉਂ ਨੂੰ ਪਕੜ ਲੈਣਾ ਹਾਂ ਕੁਛ ਨਾ ਕਰਨਾ ਹੋਏਗਾ ਨਾ ਹਾਂ ਜੀ ਕੁਛ ਦਿਖਦਾ ਨਹੀਂ ਹੋਏਗਾ ਹਾਂ ਜੀ ਦੇਖੋ ਮੈਨੂੰ ਮੈਂ ਤਾਂ ਟ੍ਰੇਨਿੰਗ ਕੀਤੀ ਨਹੀਂ ਹੈਗੀ ਤੁਹਾਨੂੰ ਪਤਾ ਹੈਗਾ ਮੁੰਡਾ ਦੀ ਛੇੜ ਵੀ ਹੋ ਸਕਦਾ ਮੁੰਡਾ ਕੰਮ ਨਾ ਕਰਦਾ ਹੋਵੇ ਕੁੜੀ ਵਾਲੇ ਜ਼ਿਆਦਾ ਵਿੱਚ ਹੋਣ ਉਹਨਾਂ ਨੂੰ ਕੰਪੈਟੀਬਲ ਲੱਗ ਨਹੀਂ ਰਿਹਾ ਤਾਂ ਨਹੀਂ ਮੰਨਦੇ ਮੁੰਡਾ ਤਾਂ ਮੰਨ ਗਿਆ ਉਹ ਕੁੜੀ ਮਿਲਦੀ ਹੈ ਉਹ ਤਾਂ ਮੰਨੇਗਾ ਮੰਨੇਗਾ ਕੁੜੀ ਕਿਉਂ ਨਹੀਂ ਮੰਨਦੀ ਹੈਗੀ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਇਹਦਾ ਮਤਲਬ ਆਪਣੇ ਜਿਹੜੇ ਜ਼ੋਨ ਹੈ ਨਾ ਜਿਹੜਾ ਬਦਲਾਵ ਵਾਲੇ ਕਾਰਕ ਹੈ ਬਦਲਾਵ ਲੈ ਕੇ ਆਉਣਾ ਚਾਹੁੰਦੇ ਹਾਂ ਸਿੱਧੀ ਅਗਲੀ ਪਾਰਟ ਨੂੰ ਦੇਖ ਲਓ ਸਾਊਥ ਈਸਟ ਲੈ ਕੇ ਸਾਊਥ ਵੈਸਟ ਤੱਕ ਮਤਲਬ ਕਿ ਉਹ ਮੁੰਡੇ ਨੂੰ ਰਾਈਜ਼ ਨਹੀਂ ਕਰਵਾਉਣ ਦੇਣਾ ਚਾਹੁੰਦਾ ਉਸ 'ਚ ਬਦਲਾਵ ਐਡਾ ਮੇਜਰ ਬਦਲਾਵ ਹੈ ਨਾ ਤਾਂ ਕਿਉਂਕਿ ਇੱਕ ਅੱਛੀ ਫੈਮਿਲੀ 'ਚ ਰਿਸ਼ਤਾ ਜੁੜ ਜਾਏਗਾ ਤਾਂ ਮੇਜਰ ਬਦਲਾਵ ਹੋ ਗਿਆ ਨਾ ਤਾਂ ਉਹਦੇ ਵਿੱਚ ਅਗਨੀ ਪਾਰਟ ਬੜਾ ਦੂਸ਼ਿਤ ਹੈ ਦੇਖੋ ਈਸਟ ਦਾ ਕਨੈਕਸ਼ਨ ਤਾਂ ਜੁੜ ਨਹੀਂ ਰਹੇ ਤਾਂ ਹੈਗਾ ਹੀ ਹੈਗਾ ਉਹਦੇ 'ਚ ਪਿੱਤਲ ਦੋਸਤੀ ਕਮੀ ਆ ਰਹੀ ਪਿੱਤਲ ਦੇ ਆਸ਼ੀਰਵਾਦ ਨਾਲ ਹੀ ਇੱਕ ਚੀਜ਼ ਯਾਦ ਰੱਖਿਓ ਮੈਂ ਬੁੱਕ 'ਚ ਲਿਖਿਆ ਹੋਇਆ ਹੈ ਕਿ ਆਸਮਾਨ ਔਰ ਧਰਤੀ ਦੇ ਵਿੱਚ ਅਗਰ ਕੋਈ ਸਵਰਗ ਪ੍ਰੋਵਾਈਡ ਕਰਦਾ ਹੈ ਉਹ ਪਿੱਤਲ ਕਰਦੇ ਹਨ ਤਾਂ ਇਹਦਾ ਮਤਲਬ ਹੁੰਦਾ ਅਗਨੀ ਪਾਰਟ ਐਸ ਸੀ ਤੋਂ ਲੈ ਕੇ ਐਸ ਡਬਲਿਊ ਦੇ ਵਿੱਚ ਕੋਈ ਦਿੱਕਤ ਹੈ ਮੇਜਰ ਜਿਹਦੇ ਕਰਕੇ ਉਹਦੀ ਲਾਈਫ 'ਚ ਮੇਜਰ ਚੇਂਜ ਨਹੀਂ ਆ ਰਿਹਾ